ਉਹ ਘੋੜੀ ਵੇਲੋ ਸੂਈ ਤੇ ਨੁਕਰੀ ਘੋੜੀ ਨੇ ਮਤਲਬ ਵੀ ਮਾਰਵਾੜੀ ਬੱਚੀ ਦਿੱਤੀ। ਦੇਵਲੀ ਲਾਈਨ ਦਾ ਤੇ ਪ੍ਰਭਾਤ ਦਾ ਬੱਚਾ ਦੱਸ ਦੇ, ਪ੍ਰਭਾਤ ਦਾ ਬੱਚਾ ਜਿਹੜਾ ਆਪਣੇ ਘਰੇ ਸੋਇਆ ਇਹ ਜ ਆਪਣੇ ਕੋਲੇ ਲਾਲ ਚੰਬੀ ਘੋੜੀ ਹੈ, ਠੀਕ ਹੈ ਬਾਈ, ਇਹਦੇ ਤੇ ਨੁਕਰੀ ਬੱਚੀ ਆਈ ਹੈ। ਜਿਹੜਾ ਬੰਦਾ ਸਮਝ ਲਓ ਤੁਸੀਂ ਆਪਣੇ ਹਿੱਟਰ ਦਾ ਵੈਲਕਮ ਕਰਦਾ ਨਾ, ਉਹ ਜ਼ਿੰਦਗੀ 'ਚ ਕਦੇ ਫੇਲ ਨਹੀਂ ਹੋਊਗਾ। ਬਿਲਕੁਲ ਬਿਲਕੁਲ ਬਾਈ। ਸੁਲਤਾਨ ਬਾਈ ਹਰਪਾਲ ਤੇ ਬਾਈ ਸਤਪਾਲ ਦੋਵਾਂ ਦਾ ਬਹੁਤ ਪਿਆਰਾ ਘੋੜਾ। ਬਾਈ ਹਰਪਾਲ ਇੱਥੇ ਪੰਜਾਬ 'ਚ ਰਹਿ ਕੇ ਇਸ ਘੋੜੇ ਦੀ ਸੇਵਾ ਕਰ ਰਿਹਾ, ਪਰ ਉਨਾ ਹੀ ਸ਼ੌਂਕ ਬਾਈ ਸਤਪਾਲ ਨੂੰ, ਭਾਵੇਂ ਰਹਿੰਦਾ ਵਿਦੇਸ਼ ਦੇ ਵਿੱਚ ਆ ਪਰ ਬਾਈ ਦਾ ਦਿਲ ਅਤੇ ਦਿਮਾਗ ਹਮੇਸ਼ਾ ਘੋੜਿਆਂ ਵਿੱਚ ਹੁੰਦਾ। ਬਾਈ ਹਰਪਾਲ ਕਹਿੰਦਾ, ਭਰਾ ਮੇਰਾ ਛੋਟਾ ਪਰ ਮੈਨੂੰ ਉਹਦਾ ਸਹਾਰਾ ਪਿਆਵਾਂ ਵਰਗਾ। ਦੋਵੇਂ ਵੀਰ ਘੋੜੇ ਦੀ ਸੇਵਾ ਬਹੁਤ ਹੀ ਸ਼ੌਂਕ ਨਾਲ ਕਰਦੇ ਆ। ਬਾਕੀ ਵੀਰ ਦਾ ਸ਼ੌਕ ਘੋੜੇ ਦੇ ਸਰੀਰ ਵਿੱਚੋਂ ਦਿਖਾਈ ਦਿੰਦਾ। ਘੋੜੇ ਦੀ ਸਾਫ਼ ਸਫਾਈ, ਘੋੜੇ ਦੀ ਗਰੂਮਿੰਗ ਦੇਖੋ, ਅਤੇ ਇਸ ਘੋੜੇ ਦਾ ਯਾਰ ਨੂੰ ਡਿਸਿਪਲਿਨ ਉਹ ਬਹੁਤ ਚੰਗਾ ਲੱਗਿਆ। ਬਾਈ ਨੇ ਜਿੱਥੇ ਕਹਿਤਾ ਖੜ ਜਾ ਤਾਂ ਉੱਥੇ ਹੀ ਖੜ ਜਾਂਦਾ। ਬਾਈ ਦਾ ਕਹਿਣਾ ਬਹੁਤ ਮੰਨਦਾ ਘੋੜਾ ਇਹ। ਬਾਕੀ ਘੋੜੇ ਦਾ ਸਟਰਕਚਰ ਬਹੁਤ ਮਜ਼ਬੂਤ ਆ, ਜਿਵੇਂ ਚੱਕੀ ਦਾ ਪੁੜ ਹੁੰਦਾ ਉਹ ਜੀ ਛਾਤੀ ਆ ਘੋੜੇ ਦੀ, ਮਸਲ ਮੁਸਲ ਦੇਖੋ। ਬਾਈ ਸਵਾਰੀ ਸਵੂਰ ਵੀ ਬਹੁਤ ਵਧੀਆ ਕਰਦਾ, ਸੁੰਬਾਂ ਦਾ, ਪਿੱਠ ਪੁੜੇ ਦਾ, ਛਾਤੀ ਦਾ, ਘੋੜਾ ਬਹੁਤ ਮਜ਼ਬੂਤ ਆ। ਘੋੜੇ ਦੀ ਫੇਸ ਕੁਆਲਿਟੀ, ਘੋੜੇ ਦੀ ਨੈੱਕ ਬਹੁਤ ਸੁੰਦਰ ਆ ਯਾਰ। ਘੋੜੇ ਨੇ ਬੱਚੇ ਵੀ ਬਹੁਤ ਖੂਬਸੂਰਤ ਦਿੱਤੇ ਆ। ਬਾਈ ਕਹਿੰਦਾ ਵੀ ਹੁਣ ਤੱਕ 6 ਬੱਚੇ ਆਏ ਆ, ਉਹਨਾਂ ਦੀ ਮੈਂ ਅੱਗੇ ਜਦੋਂ ਵੀਡੀਓ ਦੇ ਵਿੱਚ ਬਾਈ ਦੀ ਇੰਟਰਵਿਊ ਕਰੂੰਗਾ ਉਦੋਂ ਸਾਰਿਆਂ ਦੀਆਂ ਫੋਟੋਆਂ ਵੀ ਲਾਊਂ। ਕੁੰਡੀਦਾਰ ਕੰਨ ਵਾਲੇ ਬੱਚੇ ਪੈਦਾ ਕੀਤੇ ਆ, ਬਹੁਤ ਹੀ ਖੂਬਸੂਰਤ। ਇਸ ਘੋੜੇ ਨੇ ਰਿਕਾਰਡ ਪੈਦਾ ਕੀਤੇ ਆ, ਨੁਕਰੀ ਘੋੜੀ ਅਤੇ ਮਾਰਵਾੜੀ ਬੱਚੀ ਦਿੱਤੀ ਆ, ਅਤੇ ਬਹੁਤ ਚੰਗੇ। ਬਾਕੀ ਤੁਸੀਂ ਆਹ ਸਾਹਮਣੇ ਦੇਖੋ ਇਹਦੀ ਗਰਦਨ ਗੁਰਦਨ, ਇਹਦੀ ਖੜਨੀ, ਇਹਦੀ ਫੋਟੋ ਸ਼ੂਟ, ਵੀਡੀਓ ਸ਼ੂਟ ਟਾਈਮ ਸਾਨੂੰ ਬਿਲਕੁਲ ਵੀ ਟਾਈਮ ਨਹੀਂ ਲੱਗਿਆ, ਕਿਉਂਕਿ ਬਾਈ ਦੇ ਕਹਿਣੇ 'ਚ ਹੀ ਬਹੁਤ ਆ ਘੋੜਾ। ਜਿੱਥੇ ਵੀਰ ਨੇ ਖੜਾ ਤਾ ਸਮਝ ਲਓ ਉੱਥੇ ਹੀ ਖੜ ਗਿਆ, ਇੱਕ ਪੈਰ ਵੀ ਅੱਗੇ ਪਿੱਛੇ ਨਹੀਂ ਰੱਖਦਾ ਸੀ ਇਹ। ਇਹਦੀ ਤੁਹਾਨੂੰ ਮੈਂ ਚਾਲ ਵੀ ਚੈੱਕ ਕਰਾਉਣਾ। ਇਸ ਘੋੜੇ ਦੀ ਜਿਹੜੀ ਟਰੋਟ ਆ ਨਾ, ਉਹ ਟਰੋਟ ਇਸ ਹਿਸਾਬ ਦੇ ਜਿਵੇਂ ਕੋਈ ਚੰਗਾ ਮਿਸਤਰੀ ਇੰਜਣ ਬੰਨਦਾ ਹੁੰਦਾ ਮੋਟਰਸਾਈਕਲ ਗੱਡੀ ਦਾ ਨਾ, ਉਸ ਤਰ੍ਹਾਂ ਦੀ। ਮੂਹਰਲੇ ਖੱਬੇ ਪੈਰ ਤੋਂ ਅਤੇ ਪਿਛਲਾ ਸੱਜਾ ਪੈਰ ਬਿਲਕੁਲ ਬਰਾਬਰ ਚੱਕਦਾ ਅਤੇ ਰੱਖਦਾ। ਆ ਤੁਸੀਂ ਵੀਡੀਓ ਦੇ ਵਿੱਚ ਵੀ ਦੇਖ ਲਓ ਵੀ ਬਿਲਕੁਲ ਵੀ ਕਿਸੇ ਇੱਕ ਸੈਕਿੰਡ ਦਾ ਫਰਕ ਵੀ ਨਹੀਂ ਪਾਉਂਦਾ। ਚਾਲ ਬਹੁਤ ਸੋਹਣੀ ਤੁਰਦਾ, ਗਰਦਨ ਚੱਕ ਕੇ ਐਨ ਪੂਰੀ ਸਰੀਰ ਨੂੰ ਬੰਨ ਕੇ ਅਤੇ ਫੇਰ ਤੁਰਦਾ, ਇੱਕ ਇੱਕ ਪੈਰ ਪੂਰੀ ਮੜਕ ਨਾਲ ਚੱਕਦਾ। ਆਹ ਦੇਖੋ ਇੱਕ ਇੱਕ ਨਸ ਉੱਠ ਕੜੀ ਇਹਦੀ, ਜਦੋਂ ਥੋੜ੍ਹਾ ਜਿਹਾ ਗਰਮ ਕਰਿਆ ਸੀ ਨੇ, ਇੱਕ ਇੱਕ ਮਸਲ ਅਲੱਗ ਤੋਂ ਦਿਖਾਈ ਦਿੰਦਾ। ਬਾਈ ਮਿਹਨਤ ਬਹੁਤ ਕਰਦਾ ਆਪਣੇ ਘੋੜੇ 'ਤੇ। ਮੈਂ ਜਿਵੇਂ ਪਹਿਲਾਂ ਵੀ ਦੱਸਿਆ ਕੋਈ ਬਾਹਲਾ ਬਾਈ ਨੂੰ ਵਪਾਰ ਦਾ ਉਹ ਨਹੀਂ, ਬਸ ਸ਼ੌਕ ਹੀ ਆ ਘੋੜੇ ਦਾ। ਬਾਈ ਕਹਿੰਦਾ ਜਿਸ ਦਿਨ ਦਾ ਇਸ ਘੋੜੇ ਨੇ ਮੇਰੇ ਘਰ ਪੈਰ ਪਾਇਆ ਤਾਂ ਖੁਸ਼ੀਆਂ ਨਾਲ ਸਾਡਾ ਵਿਹੜਾ ਭਰਤਾ। ਅਤੇ ਇਸ ਦੇਵਤੇ ਦੀ ਆਪਾਂ ਪੂਰੀ ਗੱਲਬਾਤ ਕਰਾਂਗੇ ਬਾਈ ਨਾਲ ਇੰਟਰਵਿਊ ਦੇ ਵਿੱਚ, ਕਿਵੇਂ ਬਾਈ ਨੂੰ ਘੋੜਾ ਮਿਲਿਆ ਅਤੇ ਬਾਈ ਨੇ ਕਿੰਨੀ ਇਹਦੀ ਫੀਸ ਰੱਖੀ ਆ। ਵੀਰ ਕਹਿੰਦਾ ਕੋਈ ਮੈਂ ਫੀਸ ਰੱਖ ਕੇ ਕੋਈ ਕਮਾਈ ਨਹੀਂ ਕਰਨੀ ਇਹਦੀ, ਬਾਕੀ ਜੇ ਕੋਈ ਲੋੜਵੰਦ ਆ ਤਾਂ ਉਹਦੇ ਲਈ ਹਮੇਸ਼ਾ ਦਰਵਾਜ਼ੇ ਖੁੱਲ੍ਹੇ ਆ। ਆ ਜਾਓ ਫਿਰ ਕਰਦੇ ਹਾਂ ਆਪਾਂ ਸੁਲਤਾਨ ਬਾਰੇ ਗੱਲਬਾਤ, ਪੰਚ ਕਲਿਆਣ ਮਾਰਕਿੰਗ ਦਾ ਬਹੁਤ ਘੈਂਟ ਘੋੜਾ ਦੇਵਲੀ ਲਾਈਨ ਦਾ। ਆ ਜਾਓ ਹੁਣ ਬਾਈ ਹਰਪਾਲ ਨਾਲ ਕਰਾਉਂਦੇ ਤੁਹਾਡੀ। ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪਿੰਡ ਪਹੁੰਚਿਆਂ ਐਰਵਾਂ, ਜ਼ਿਲ੍ਹਾ ਫਤਿਹਾਬਾਦ, ਘੋੜਾ ਬੜਾ ਮਸ਼ਹੂਰ ਹੈ ਇੱਥੇ ਦਾ, ਸੁਲਤਾਨ ਐਰਵਾਂ। ਅਤੇ ਮੇਰੇ ਨਾਲ ਬਾਈ ਹਰਪਾਲ ਨੇ ਨਾ ਗੱਲਬਾਤ ਕਰਾਵਾਂਗੇ, ਘੋੜਿਆਂ ਦੇ ਸਫ਼ਰ ਬਾਰੇ ਗੱਲਾਂ ਬਾਤਾਂ ਕਰਾਂਗੇ। ਬਾਈ ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਵੀਰ ਜੀ, ਬਹੁਤ ਬਹੁਤ ਧੰਨਵਾਦ ਆਪਣੇ ਨਗਰ ਅਤੇ ਆਪਣੇ ਗ੍ਰਹਿ ਵਿਖੇ ਪਹੁੰਚਣ ਦੇ ਜੀ ਆਇਆਂ ਨੇ। ਬਹੁਤ ਬਹੁਤ ਧੰਨਵਾਦ। ਅਤੇ ਬਾਈ ਦੀ ਮਿੱਤਰ ਮੰਡਲੀ ਆ, ਅਤੇ ਮੈਂ ਸਟਾਰਟਿੰਗ ਦੇ ਵਿੱਚ ਹੀ ਬਾਈਆਂ ਦੀ ਪਰਿਚੈ ਤੁਹਾਡੇ ਨਾਲ ਜ਼ਰੂਰ ਕਰਾਉਂ, ਕਿਉਂਕਿ ਬਹੁਤ ਵੱਡਾ ਰੋਲ ਆ ਬਾਈ ਕਹਿੰਦਾ ਮੈਨੂੰ ਘੋੜੇ ਰੱਖਣ ਦੇ ਵਿੱਚ ਮੇਰੇ ਸਾਰੇ ਮਿੱਤਰ ਪਿਆਰਿਆਂ ਦਾ। ਅਤੇ ਬਾਈ ਹਰਪਾਲ ਜਿਹੜੇ ਆਪਣੇ ਨਾਲ ਬੈਠੇ ਆ ਗਿਆਨੀ ਜੀ, ਇਹਨਾਂ ਦਾ ਕੀ ਨਾਂ ਜੀ? ਇਹਨਾਂ ਦਾ ਨਾਂ ਵੀਰ ਜੀ ਪਰਮਜੀਤ ਸਿੰਘ ਚੀਮਾ। ਅੱਛਾ ਜੀ। ਬਾਬਾ ਜੀ ਨਿਹੰਗ ਸਿੰਘ ਵੀ ਕਹਿ ਦਿੰਦੇ ਅਸੀਂ ਇਹਨਾਂ ਨੂੰ ਜੀ। ਇਹ ਸਾਡੇ ਪਿੰਡ ਦੇ ਵਿੱਚ ਲਾ ਲਓ ਵੀ ਸਭ ਨੂੰ ਪਹਿਲਾਂ ਘੋੜੀ, ਜੇ ਅਸੀਂ ਕਿਸੇ ਕੋਲ ਵੇਖੀਏ ਤਾਂ ਇਹਨਾਂ ਕੋਲ ਵੇਖੀਏ। ਠੀਕ ਹੈ ਜੀ। ਦੂਸਰੇ ਨੰਬਰ 'ਤੇ ਆ ਵੀਰ ਗੁਰਵਿੰਦਰ ਸਿੰਘ। ਅੱਛਾ ਜੀ। ਗੁਰਵਿੰਦਰ ਗਰਜਾ ਸ਼ਾਹ, ਆਮ ਘੋੜੇ ਵਾਲੀ ਦੁਨੀਆ ਜਿਹਨਾਂ ਨੂੰ ਗਰਜਾ ਵੀਰ ਦੇ ਨਾਂ 'ਤੇ ਜਾਣਿਆ ਜਾਂਦਾ ਜੀ। ਅੱਛਾ ਜੀ। ਇਹ ਵੀ ਬਹੁਤ ਪੁਰਾਣੇ ਘੋੜੇ ਘੋੜੀਆਂ ਰੱਖਦੇ ਆ। ਠੀਕ ਹੈ ਜੀ। ਉਹਨਾਂ ਤੋਂ ਅੱਗੇ ਵੀਰ ਜੀ ਅਮਨਦੀਪ ਔਲਖ। ਠੀਕ ਹੈ ਜੀ। ਇਹਨਾਂ ਨੇ ਵੀ ਮਤਲਬ ਵੀ ਕਾਫੀ ਟਾਈਮ ਪਹਿਲਾਂ ਘੋੜੀ ਰੱਖੀ ਹੈ। ਠੀਕ ਹੈ ਜੀ। ਅਤੇ ਇਹਨਾਂ ਤੋਂ ਭਰਾਵਾਂ ਤੋਂ ਕਈ ਤਜਰਬੇ ਆਪਾਂ ਸਿੱਖੇ ਆ, ਘੋੜਿਆਂ ਬਾਰੇ ਬਹੁਤ ਕੁਝ ਜਾਣਿਆ। ਠੀਕ ਹੈ। ਇੱਧਰ ਤੁਹਾਡੇ ਨਾਲ ਜਿਹੜੇ ਬੈਠੇ ਵੀਰ ਜੀ, ਰਣਜੀਤ ਸਿੰਘ ਸੋਨੀ, ਜਿਹਨੂੰ ਪਿਆਰ ਨਾਲ ਸੋਨੀ ਗਿੱਲ ਸਾਹਿਬ ਕਹਿ ਦਿੰਦੇ ਆ। ਠੀਕ ਠੀਕ ਹੈ ਬਾਈ। ਇਹ ਵੀ ਕਾਫੀ ਪੁਰਾਣੇ ਆ। ਇਹ ਤੁਹਾਡੀ ਸਾਰੀ ਘੋੜਿਆਂ ਵਾਲੀ ਮਿੱਤਰ ਮੰਡਲੀ ਆ। ਹਾਂਜੀ, ਇੱਕ ਹਿਸਾਬ ਦਾ ਸਾਡਾ ਪ੍ਰੇਮ, ਇਹ ਘੋੜਿਆਂ ਕਰਕੇ ਵੀ, ਤੇ ਵੈਸੇ ਵੀ ਅਸੀਂ ਚਲੋ ਇਕੱਠੇ ਖੇਡਦੇ ਰਹੇ ਆ। ਅੱਛਾ ਅੱਛਾ ਬਾਈ। ਪ੍ਰੇਮ, ਹਾਂਜੀ, ਭਰਾਵਾਂ ਵਰਗਾ ਪ੍ਰੇਮ ਹੈ। ਬਿਲਕੁਲ। ਜਦੋਂ ਬਾਈ ਜੀ ਤੁਸੀਂ ਮੇਰੇ ਕੋਲ ਆਏ ਸੀ ਜਦ ਵੀ ਬਾਈ ਉਰੀ ਨਾਲ ਹੀ ਸੀ ਮੈਨੂੰ। ਹਾਂਜੀ, ਨਾਲ ਹੀ ਸੀ। ਲਗਭਗ ਅਸੀਂ ਜਦੋਂ ਕਿਤੇ ਬਾਹਰ ਕਿਸੇ ਘੋੜੇ ਘਾੜੀ ਵੇਖਣ ਜਾਣਾ ਜਾਂ ਮੰਡੀਆਂ 'ਤੇ ਜਾਣਾ ਜਾਂ ਸਾਡਾ ਇਕੱਠਾ ਹੀ ਵਿਜ਼ਿਟ ਹੁੰਦਾ ਜੀ। ਇਹੀ ਜੇ ਆਪਾਂ ਕਹੀਏ ਖੂਬਸੂਰਤ ਜ਼ਿੰਦਗੀ ਦਾ ਨਾ ਇਹੀ ਹੁੰਦਾ ਬਈ, ਸਾਰੇ ਮਿੱਤਰ ਪਿਆਰੇ ਇਕੱਠੇ ਹੋਣ ਜਿੱਥੇ ਜਾਂਦੇ ਹੋਈਏ। ਹਾਂਜੀ ਹਾਂਜੀ, ਬਿਲਕੁਲ ਸਹੀ ਗੱਲ ਹੈ ਜੀ। ਅਤੇ ਆਪਾਂ ਹੁਣ ਘੋੜੇ ਕਰਕੇ ਜੋ ਸੁਲਤਾਨ ਕਰਕੇ ਇਕੱਠੇ ਹੋਏ ਹਾਂ, ਉਹ ਦੇਵਤੇ ਕਰਕੇ ਜੀ। ਹਾਂਜੀ ਹਾਂਜੀ। ਅਤੇ ਆਪਾਂ ਉਹਦੇ ਬਾਰੇ ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ, ਫਿਰ ਤੁਹਾਡੇ ਘੋੜਿਆਂ ਦੇ ਸਫ਼ਰ ਬਾਰੇ, ਤੁਸੀਂ ਇਸ ਲਾਈਨ 'ਚ ਕਿਵੇਂ ਆਏ, ਸ਼ੌਕ 'ਚ ਕਿਵੇਂ ਆਏ, ਸਾਰੀ ਗੱਲਬਾਤ ਕਰਾਂਗੇ ਬਾਈ। ਹਾਂਜੀ। ਘੋੜਾ ਆਪਣੇ ਕੋਲ ਸੁਲਤਾਨ। ਹਾਂਜੀ। ਕਿੰਨੀ ਉਮਰ ਦਾ ਹੋ ਗਿਆ ਬਾਈ ਆਪਣਾ?
9 ਸਾਲ ਹੋ ਗਏ 8 ਤੋਂ 9 ਦੇ ਵਿੱਚ ਠੀਕ ਆ ਬਾਈ ਤੇ ਕੱਦ ਕਿੰਨਾ ਬਾਈ ਆਪਣੇ ਘੋੜੇ ਦਾ ਜੀ ਕੱਦ ਲੋਕਾਂ ਵਾਂਗੂ ਕਹੀਏ ਤਾਂ ਬਹੁਤ ਕੱਦ ਹੈ ਜੀ ਅੱਛਾ ਜੀ ਐਕਚੁਅਲ ਕੱਦ ਅਸੀਂ ਥੋੜੇ ਦਿਨ ਪਹਿਲਾਂ ਹੀ ਨਾਪਿਆ ਸੀਗਾ 65 ਇੰਚ ਫੱਟੀ ਵਾਲਾ ਕੱਦ ਬਹੁਤ ਹੋ ਜਾਂਦਾ ਬਾਈ 65 ਇੰਚ ਵੀ ਘੋੜੇ ਦੀ ਬਣਤਰ ਸੋਹਣੀ ਹੋਵੇ ਤੇ ਇਹ ਮਤਲਬ ਘੋੜਾ ਸੁੰਬ ਤੋਂ ਲੈ ਕੇ ਕੰਨ ਕਨੌਤੀ ਇਹਦਾ ਜਿਵੇਂ ਟੇਲ ਸੈੱਟ ਦੇਖਿਆ ਬਹੁਤ ਉੱਚਾ ਲੱਗਿਆ ਵੀ ਸਾਰੇ ਪਾਸੇ ਘੋੜਾ ਬਹੁਤ ਸੋਹਣਾ ਬਾਈ ਹੈ ਨਾ ਹਾਂਜੀ ਹਾਂਜੀ ਚਲੋ ਪਰਮਾਤਮਾ ਨੇ ਬਹੁਤ ਸੋਹਣੀ ਦਾਤ ਦਿੱਤੀ ਹੋਈ ਹੈ ਤੁਹਾਨੂੰ ਤੇ ਪ੍ਰੋਪਰ ਪੰਚ ਕਲਿਆਣ ਘੋੜਾ ਬਹੁਤ ਘੱਟ ਘੋੜੇ ਦੇਖਣ ਨੂੰ ਮਿਲਦੇ ਆ ਮਾਰਕੀਟ 'ਚ ਬਾਈ ਹਾਂਜੀ ਹਾਂਜੀ ਜਿਹੜੇ ਪ੍ਰੋਪਰ ਪੰਚ ਕਲਿਆਣ ਹੋਣ ਹਾਂਜੀ ਮਾਰਕਾ ਬਹੁਤ ਸੋਹਣਾ ਹਾਂ ਡਿਮਾਂਡ ਵੀ ਰਹਿੰਦੀ ਹੈ ਪੰਚ ਕਲਿਆਣ ਘੋੜਿਆਂ ਦੀ ਹਾਂਜੀ ਕਿਉਂਕਿ ਪੰਚ ਕਲਿਆਣ ਘੋੜਾ ਤਕਰੀਬਨ ਮਾਰਕਿੰਗ ਸੋਹਣੀ ਦਿੰਦਾ ਹੀ ਦਿੰਦਾ ਹਰ ਇੱਕ ਜਾਨਵਰ 'ਤੇ ਜੀ ਬਿਲਕੁਲ ਤੇ ਇਹਦੀ 9 ਸਾਲ ਬਾਈ ਉਮਰ ਹੋਗੀ ਹਾਂਜੀ ਲਗਭਗ 8 ਤੋਂ 9 ਸਾਲ ਦੇ ਵਿੱਚ ਠੀਕ ਆ ਬਾਈ ਜੇ ਆਪਾਂ ਬਈ ਇਹਦੀ ਬਲੱਡ ਲਾਈਨ ਦੀ ਗੱਲ ਕਰੀਏ ਬਲੱਡ ਲਾਈਨ ਵੀਰ ਜੀ ਇਸ ਤਰ੍ਹਾਂ ਜਦੋਂ ਮੈਂ ਘੋੜਾ ਲਿਆ ਨਾ ਹਾਂਜੀ ਇਹ ਥੋੜ੍ਹਾ ਜਿਹਾ ਵੀਕ ਹਾਲਤ ਦੇ ਵਿੱਚ ਲਿਆ ਅੱਛਾ ਬਾਈ ਮਾੜੇ ਘਰੋਂ ਲਾ ਲਓ ਵੀ ਹੌਲੇ ਘਰ 'ਚੋਂ ਲਾ ਲਓ ਠੀਕ ਆ ਬਾਈ ਲਿਆ ਆਪਾਂ ਇਹਦੀ ਸੇਵਾ ਕੀਤੀ ਪਰਮਾਤਮਾ ਨੇ ਕਿਰਪਾ ਕੀਤੀ ਬਹੁਤ ਵਧੀਆ ਤਿਆਰ ਹੋ ਗਿਆ ਠੀਕ ਆ ਬਾਈ ਜਿੰਨੀ ਕੁ ਆਪਣੀ ਪਹੁੰਚ ਪਈ ਇਹਦੇ ਬੈਕਗਰਾਊਂਡ 'ਤੇ ਜਾਣ ਬਾਰੇ ਜਿੰਨੀ ਕੁ ਨੌਲੇਜ ਆਪਾਂ ਨੂੰ ਪਤਾ ਲੱਗੀ ਉਸ ਹਿਸਾਬ ਨਾਲ ਇਹਨੂੰ ਦੇਵਲੀ ਲਾਈਨ ਦਾ ਅਤੇ ਪ੍ਰਭਾਤ ਦਾ ਬੱਚਾ ਦੱਸ ਪ੍ਰਭਾਤ ਦਾ ਬੱਚਾ ਬਾਈ ਹਾਂਜੀ ਠੀਕ ਆ ਬਾਈ ਬਾਕੀ ਸ਼ੋਰ ਜਿਹੜਾ ਉਹ ਡੀ ਐਨ ਏ ਤੋਂ ਕਨਫਰਮ ਹੋਊਗਾ ਸਾਰੀ ਦੁਨੀਆ ਹੀ ਜਾਣਦੀ ਬਿਲਕੁਲ ਸਹੀ ਗੱਲ ਹੈ ਬਿਲਕੁਲ ਨਹੀਂ ਬਹੁਤ ਚੰਗੀ ਗੱਲ ਆ ਬਈ ਕੋਈ ਉਹ ਬੰਦਾ ਹੁੰਦਾ ਜਿਹੜਾ ਐਵੇਂ ਖੁੱਲ੍ਹ ਕੇ ਗੱਲ ਦੱਸਦਾ ਹੁੰਦਾ ਹਾਂਜੀ ਬਿਲਕੁਲ ਜੋ ਰਿਐਲਿਟੀ ਹੈ ਵੀਰ ਜੀ ਉਹੀ ਹਾਂ ਤੁਸੀਂ ਮਤਲਬ ਪਹਿਲਾਂ ਘੋੜਾ ਖਰੀਦ ਲਿਆ ਸੀ ਤੇ ਬਾਅਦ ਚੋਂ ਪਤਾ ਕਰਿਆ ਮਤਲਬ ਪਹਿਲਾਂ ਨਹੀਂ ਤੁਸੀਂ ਉਹ ਚੱਕਰ 'ਚ ਪਏ ਹੈਗੇ ਵੀ ਆਹ ਘੋੜਾ ਲੈਣਾ ਆਪਾਂ ਨੇ ਇਹ ਲਾਈਨ ਦਾ ਲੈਣਾ ਘੋੜਾ ਲੈਣ ਦਾ ਤੁਹਾਨੂੰ ਦੱਸਦਾ ਵੀ ਸਟਾਰਟਿੰਗ ਕੀ ਹੋਈ ਹੈ ਲੋਕਡਾਊਨ ਦੇ ਵਿੱਚ ਅਸੀਂ ਘੋੜੀ ਪਾਲਦੇ ਸੀ ਜੀ ਘੋੜੀ ਕਈ ਦੇਖੀਆਂ ਮਤਲਬ ਸਾਡਾ ਕਿਤੇ ਸੌਦਾ ਨਾ ਬਣਿਆ ਜਿਵੇਂ ਕੋਈ ਘੋੜੀ ਖਾਲੀ ਨਿਕਲ ਜਾਣੀ ਜਾਂ ਕੋਈ ਪਸੰਦ ਨਾ ਆਉਣੀ ਨਾ ਠੀਕ ਹੈ ਬਈ ਇਸ ਤਰ੍ਹਾਂ ਫਿਰਦਿਆਂ ਇੱਕ ਵਾਰੀ ਇਹ ਘੋੜਾ ਸਾਡੀ ਨਿਗਾਹ ਚੜਿਆ ਅੱਛਾ ਜੀ ਅਤੇ ਉਦੋਂ ਲੈਣ ਦਾ ਮਨ ਤਾਂ ਨਹੀਂ ਪਰ ਇਹਦੇ ਹਾਲਾਤ ਬਹੁਤ ਡਾਊਨ ਸੀ ਇਹਦੇ ਸੱਟਾਂ ਸੁੱਟਾਂ ਲੱਗੀਆਂ ਸੀ ਜਿਵੇਂ ਪੈਰ ਤੋਂ ਲੰਘ ਮਾਰਦਾ ਅੱਛਾ ਬਈ ਪਰ ਜਿਹੜੀ ਕੰਡੀਸ਼ਨ 'ਚ ਖੜਿਆ ਸੀ ਇੱਕ ਵਾਰੀ ਮਨ 'ਚ ਇਹੋ ਹੀ ਆਈ ਵੀ ਇਹਨੂੰ ਇੱਥੋਂ ਕੱਢਿਆ ਜਾਵੇ ਹਾਂ ਵੀ ਇਹਦੀ ਸੇਵਾ ਕੀਤੀ ਜਾਵੇ ਹਾਂਜੀ ਠੀਕ ਆ ਬਈ ਚਲੋ ਉਦੋਂ ਮਨ ਨਹੀਂ ਸੀ ਰੱਖਣ ਦਾ ਜਾਂ ਦੇਖਿਆ ਵੀ ਚਲੋ ਪਹਿਲੀ ਵਾਰੀ ਚਲੋ ਇਹਨੂੰ ਲਿੱਸੇ ਨੂੰ ਆਪਾਂ ਤਿਆਰ ਕਰਕੇ ਦੇਖਦੇ ਨਾਲੇ ਵੱਲ ਆ ਜੂਗਾ ਪਰ ਪਰਮਾਤਮਾ ਨੇ ਕਿਰਪਾ ਕੀਤੀ ਬਹੁਤ ਸੋਹਣਾ ਘੋੜਾ ਤਿਆਰ ਹੋ ਗਿਆ ਫਿਰ ਸਾਡਾ ਮਨ ਬਦਲ ਗਿਆ ਠੀਕ ਹੈ ਬਾਈ ਵੀ ਇਹਦੇ ਹੁਣ ਜਿੰਨਾ ਚਿਰ ਸਵਾਸ ਚੱਲਣਗੇ ਆਪਣੇ ਘਰੇ ਬਿਲਕੁਲ ਕਈ ਵਾਰ ਕੀ ਹੁੰਦਾ ਬਾਈ ਘੋੜੇ ਦੇ ਕਰਮ ਅਤੇ ਮਾਲਕ ਦੇ ਕਰਮ ਹਾਂਜੀ ਜਦ ਜਿਵੇਂ ਕਹਿੰਦੇ ਮਾਈਨਸ ਮਾਈਨਸ ਪਲੱਸ ਹੋ ਜਾਂਦਾ ਕਈ ਵਾਰੀ ਹਾਂਜੀ ਹਾਂਜੀ ਅਤੇ ਘੋੜੇ ਦੀ ਵੀ ਜੂਨ ਸੁਧਰ ਜਾਂਦੀ ਕਹਿੰਦੇ ਅਤੇ ਮਾਲਕ ਦੇ ਵੀ ਰੰਗ ਭਾਗ ਲੱਗ ਜਾਂਦੇ ਹਨਾ ਜੀ ਬਿਲਕੁਲ ਇਹ ਤਾਂ ਗੱਲ ਬਣੀ ਆ ਇਹ ਦੇਵਤੇ ਮੰਨੇ ਜਾਂਦੇ ਆ ਇਹਨਾਂ ਦੀਆਂ ਸੀਸਾਂ ਜਿਹੜੀਆਂ ਬੰਦੇ ਨੂੰ ਮਤਲਬ ਪੀੜ੍ਹੀਆਂ ਤੱਕ ਥਾਰ ਦਿੰਦੇ ਬਿਲਕੁਲ ਬਾਈ ਬਿਲਕੁਲ ਹਾਂਜੀ ਚਲੋ ਬਹੁਤ ਚੰਗੀ ਗੱਲ ਹੈ ਅੱਛਾ ਤੁਸੀਂ ਜਦੋਂ ਘੋੜਾ ਲਿਆ ਇਹ ਕਿਸੇ ਘਰੋਂ ਹਾਂਜੀ ਵੀ ਉਹਨਾਂ ਤੋਂ ਫਿਰ ਤੁਸੀਂ ਅੱਗੇ ਤੋਂ ਅੱਗੇ ਬਲੱਡ ਲਾਈਨ ਪਤਾ ਕੀਤੀ ਫਿਰ ਜਦੋਂ ਇਹ ਘੋੜਾ ਤਿਆਰ ਹੋ ਗਿਆ ਨਾ ਫਿਰ ਜਦੋਂ ਮੰਨ ਲਓ ਚੰਗਾ ਜਾਨਵਰ ਆਪਣੇ ਘਰੇ ਵੱਜਾ ਹੋਵੇ ਫਿਰ ਉਹਦੇ ਬਾਰੇ ਜਾਣਨ ਨੂੰ ਦਿਲ ਕਰਦਾ ਅਗਰ ਹਰੇਕ ਹੀ ਪੁੱਛਦਾ ਬਈ ਕਿਹੜੇ ਘੋੜੇ ਦਾ ਘੋੜੇ ਦਾ ਘੋੜਾ ਦੇਖਣ ਤੋਂ ਬਾਅਦ ਪਹਿਲਾ ਸਵਾਲ ਇਹ ਹੁੰਦਾ ਵੀ ਕਿਹੜੇ ਘੋੜੇ ਦਾ ਹਾਂਜੀ ਹਾਂਜੀ ਫਿਰ ਉਹ ਜਿੰਨੀ ਕੁ ਅਸੀਂ ਕੋਸ਼ਿਸ਼ ਕੀਤੀ ਚਲੋ ਜਿੰਨੀ ਕੁ ਸਾਨੂੰ ਸਫਲਤਾ ਮਿਲੀ ਉਹਦੇ ਮੁਤਾਬਕ ਸਾਨੂੰ ਦੱਸਿਆ ਵੀ ਇਹ ਪ੍ਰਭਾਤ ਦਾ ਬੱਚਾ ਦੱਸਦੇ ਆ ਠੀਕ ਹੈ ਬਾਈ ਡੇਵਲੀ ਬਲੱਡ ਲਾਈਨ ਦਾ ਠੀਕ ਹੈ ਬਾਈ ਜਦੋਂ ਤੁਸੀਂ ਅੱਗੇ ਤੋਂ ਅੱਗੇ ਪਤਾ ਕੀਤਾ ਹਾਂਜੀ ਕਿਉਂਕਿ ਹੁਣ ਇਹ ਬਾਡੀ ਦੇ ਵਿੱਚ ਤੇ ਆਪਣੇ ਆਪ ਨੂੰ ਦੱਸ ਹੀ ਰਿਹਾ ਹਾਂ ਹਾਂ ਨਾ ਬਾਡੀ ਬਹੁਤ ਸੋਹਣੀ ਆ ਬਈ ਮਤਲਬ ਪੂਰਾ ਗੰਢ ਜੋੜਦਾ ਘੋੜਾ ਪੂਰਾ ਸੋਹਣਾ ਵੀਰੇ ਹਾਂਜੀ ਹਾਂਜੀ ਸਹੀ ਗੱਲ ਹੈ ਵੀਰੇ ਤੇ ਆਪਣੇ ਕੋਲ ਕਿੰਨੇ ਸਾਲ ਹੋ ਗਏ ਇਸ ਘੋੜੇ ਆਏ ਨੂੰ ਵੀਰੇ 4 ਸਾਲ ਲਗਭਗ ਹੋ ਚੱਲੇ ਆ 4 ਸਾਲ ਤੇ ਪਹਿਲਾਂ ਆਪਣੇ ਫਾਰਮ ਤੇ ਮੇਰੇ ਘਰ ਆਉਣ ਵਾਲਾ ਜਾਨਵਰ ਇਹੀ ਹੈ ਘੋੜਾ ਹੀ ਹੈ ਜੀ ਹਾਂਜੀ ਘੋੜਾ ਹੀ ਲਿਆ ਫਿਰ ਪਹਿਲਾਂ ਹਾਂਜੀ ਫਿਰ ਘੋੜਾ ਲੈ ਆਏ ਸੀ ਉਸ ਤੋਂ ਬਾਅਦ ਤਿਆਰ ਹੋ ਗਿਆ ਜੀ ਅੱਛਾ ਜੀ ਫਿਰ ਆਪਾਂ ਇੱਕ ਘੋੜੀ ਲਈ ਫਿਰ ਘੋੜੀ ਲਈ ਹਾਂਜੀ ਉਹਨੇ ਦੋ ਸੂਏ ਆਪਣੇ ਕੋਲ ਦੇ ਦਿੱਤੇ ਠੀਕ ਹੈ ਬਾਈ ਤੇ ਫਿਰ ਬੱਚੇ ਬੁੱਚੇ ਆਏ ਬਾਈ ਆਪਣੇ ਘੋੜੇ ਦੇ ਹਾਂਜੀ ਘੋੜੇ ਦੇ ਬੱਚੇ ਕਾਫੀ ਆਏ ਜਿਨ੍ਹਾਂ 'ਚੋਂ ਆਪਾਂ ਨੂੰ 5-6 ਬਾਰੇ ਨੌਲੇਜ ਆ ਅੱਛਾ ਵੀਰੇ ਘੋੜੀਆਂ ਕਾਫੀ ਮਿਲਾਈਆਂ ਸੀ ਚਲੋ ਕਿਸੇ ਨੇ ਵੇਚਤੀਆਂ ਕੋਈ ਕਿਤਨਾ ਕੋਈ ਕਿਤਨਾ ਜਿਹੜੇ 5-6 ਬੱਚੇ ਆਏ ਆ ਉਹਨਾਂ ਦੇ ਲਗਭਗ ਰਿਜ਼ਲਟ ਨੇ ਆਪਣੇ ਤੇ ਅਸੀਂ ਦੇਖੇ ਮੇਰੇ ਕੋਲ ਫੋਟੋਆਂ ਹੈਗੀਆਂ ਮੈਂ ਤੁਹਾਨੂੰ ਦੇ ਦੂੰਗਾ ਠੀਕ ਠੀਕ ਆ ਬਾਈ ਲਗਭਗ ਆਪਦੇ ਤੇ ਸੁਣਦਾ ਬਹੁਤ ਸੋਹਣਾ ਸੁਣਦਾ ਠੀਕ ਆ ਬਈ ਕਿਵੇਂ ਮਤਲਬ ਪਹਿਲੀ ਘੋੜੀ ਤੋਂ ਲੈ ਕੇ ਜੇ ਆਪਾਂ ਜਿੰਨੀ ਵੀ ਰਿਜ਼ਲਟ ਆਏ ਕਿਸ ਤਰ੍ਹਾਂ ਦੀ ਘੋੜੀ ਦੇ ਕਿਵੇਂ ਦੇ ਬੱਚੇ ਆਉਂਦੇ ਰਹੇ ਬਾਈ ਬੱਚੇ ਤੁਹਾਨੂੰ ਦੱਸਾਂ ਵੀ ਸਟਾਰਟਿੰਗ ਦੇ ਵਿੱਚ ਚਲੋ ਇੱਕ ਦੋ ਘਟਨਾਵਾਂ ਵੀ ਹੋਈਆਂ ਪਹਿਲੀ ਘੋੜੀ ਜਿਹੜੀ ਅਸੀਂ ਮਿਲਾਈ ਸੀ ਉਹ ਬੱਚਾ ਸੁੱਟ ਗਈ ਉਹ ਥੋੜ੍ਹੀ ਪੈਰਾਂ ਤੋਂ ਰੁਕੀ ਘੋੜੀ ਆਪਣੇ ਪਿੰਡ ਦੇ ਸੱਜਣ ਦੀ ਘੋੜੀ ਸੀ ਅੱਛਾ ਜੀ ਅਤੇ ਉਸ ਤੋਂ ਬਾਅਦ ਜਿਵੇਂ ਘੋੜੀ ਮਿਲਾਈ ਆਪਣੇ ਲਾਗੇ ਲਾਗੇ ਇੱਕ ਸਾਡਾ ਹੀ ਪਿੰਡ ਜਿਹੜਾ ਪੰਜਾਬੀ ਬੈਲਟ ਇਸ ਤੋਂ ਬਾਅਦ ਲਗਭਗ ਜਾਟ ਬਿਸ਼ਨੋਈ ਦੂਜੀ ਬੈਲਟ ਆ ਜਾਂਦੀ ਹੈ ਜਿਹੜੇ ਹਰਿਆਣਵੀ ਵੱਜਦੇ ਆ ਠੀਕ ਹੈ ਜੀ ਉਹ ਬੰਦੇ ਨੁਕਰੀ ਘੋੜੀ ਲੈ ਕੇ ਆਏ ਸੀ ਅੱਛਾ ਜੀ ਆਪਣੇ ਪਿੰਡ ਇਸੇ ਵੀਰ ਕੋਲ ਮਛੇਰਾ ਸੀ 1.5 ਸਾਲ ਦਾ ਠੀਕ ਹੈ ਬਾਈ ਇਹਨੇ ਅਜੇ ਛੱਡਣਾ ਸ਼ੁਰੂ ਨਹੀਂ ਸੀ ਕੀਤਾ ਅੱਛਾ ਬਾਈ ਉਹ ਵਿਚਾਰੇ ਮੰਨ ਲਓ ਵੀ ਨਵੇਂ ਬੰਦੇ ਲਾ ਲਓ ਜਾਂ ਕੁਛ ਵੀ ਲਾ ਲਓ ਕਹਿੰਦੇ ਵੀ ਅਸੀਂ ਅੱਕੇ ਪਏ ਹਾਂ ਘੋੜੀ ਰੁਕਦੀ ਨਹੀਂ ਅਸੀਂ 3-4 ਨੁਕਰਿਆਂ ਤੋਂ ਮਿਲਾ ਲਈਏ ਅੱਛਾ ਪਹਿਲਾਂ ਕਈ ਘੋੜਿਆਂ ਤੋਂ ਮਿਲਾਈ ਹਾਂਜੀ ਹਾਂਜੀ ਠੀਕ ਹੈ ਜੀ ਉਹ ਉਹਦੇ ਨਾਲ ਮੇਰੇ ਮਾਮਾ ਭਾਣ
अच्छा मार्किंग की लाई भाई उन्हें दो पैर चिट्टे मथे पटा मथे पटा भी मार्किंग भी थोड़ी थोड़ी दी जा किवें भी कई बार पक्की मार्किंग मारवाड़ी वाली अपने लाग ही इत्थे 10 किलोमीटर आई किसी ने देखनी होवे आपां विशेरी दिखा भी सकदे आ अच्छा जी हां जी घोड़ी रुक रही है घोड़ी भी हैगी है अच्छा भाई ते बच्ची भी हैगी है हुण हाइट दे विच आपदी मां नालों टप गई अच्छा ये 2 साल दी नहीं हुई अच्छा भाई हां जी हां जी भी चंगी हाइट कर रही है बॉडी भी चंगी दिंदा मार्का भी पक्का दिंदा ठीक है भाई हां जी ਤੇ ਨੁਕਰੀ ਘੋੜੀ ਤੇ ਮਾਰਵਾੜੀ ਬੱਚੀ ਦਿੱਤੀ ਮਾਰਵਾੜੀ ਬੱਚੀ ਮੱਥੇ ਪੱਟਾ ਤੇ ਦੋ ਪੈਰ ਚੱਟੇ ਉਸ ਤੋਂ ਬਾਅਦ ਇੱਕ ਲਾਲ ਚੰਬੀ ਦੇ 5 ਕਲਿਆਣ ਬੱਚੀ ਆਈ ਹੈ ਜੀ ਠੀਕ ਹੈ ਬਾਈ ਫਿਰ ਅਵਲਖ ਤੇ 5 ਕਲਿਆਣ ਬੱਚੀ ਆਈ ਹੈ ਜੀ ਠੀਕ ਹੈ ਬਾਈ ਇਸ ਤਰ੍ਹਾਂ 4-5 ਰਿਜ਼ਲਟ ਦੇਖਿਆ ਇੱਕ ਹੁਣ ਆਪਣੀ ਕਾਲੀ ਚੰਬੀ ਕਹਿ ਸਕਦੇ ਆਪਾਂ ਵੈਸੇ ਸਟਰਕਚਰ ਉਹਦਾ ਮਾਰਵਾੜੀ ਵਾਲਾ ਜ਼ਿਆਦਾ ਠੀਕ ਹੈ ਬਾਈ ਉਹਦੇ ਤੇ ਇੱਕ ਵਿਸ਼ੇਰ ਆਇਆ ਮੱਥੇ ਫੁੱਲ ਇੱਕ ਪੈਰ ਚੱਟੇ ਇੱਕ ਪੈਰ ਚੱਟੇ ਦੇ ਲਾਸਟੋਂ ਠੀਕ ਹੈ ਬਾਈ ਹਾਂਜੀ ਤੇ ਤਕਰੀਬਨ ਵੀ ਆਪਾਂ ਜਿਵੇਂ ਮਾਰਵਾੜੀ ਰੰਗ ਪੱਕੇ ਸੂਰਿਆ ਆਪਦੇ ਤੇ ਸੂਰਿਆ ਬਈ ਹਾਂਜੀ 6 ਰਿਜ਼ਲਟਾਂ ਦੇ ਵਿੱਚੋਂ 5 ਪੱਕੇ ਸੂਰਿਆ ਜਿਹੜਾ 6ਵਾਂ ਆਪਣੇ ਘਰੇ ਸੂਰਿਆ ਇਹ ਮੈਂ ਦਰਸ਼ਕਾਂ ਨੂੰ ਖਾਸ ਕਰਕੇ ਦੱਸਣੀ ਚਾਹੂੰਗਾ ਗੱਲ ਠੀਕ ਹੈ ਬਈ ਜਿਹੜਾ ਆਪਣੇ ਘਰੇ ਸੂਰਿਆ ਇਹ ਜੇ ਆਪਣੇ ਕੋਲੇ ਲਾਲ ਚੰਬੀ ਘੋੜੀ ਹੈ ਠੀਕ ਹੈ ਬਈ ਇਹਦੇ ਤੇ ਨੁਕਰੀ ਬੱਚੀ ਆਈ ਹੈ ਅੱਛਾ ਇਹਦੇ ਨੁਕਰੀ ਸੂਰਿਆ ਹਾਂਜੀ ਕਿਉਂਕਿ ਆਪਣੇ ਹੁਣ ਭਰਾ ਬੈਠੀ ਹੈ ਲਗਭਗ ਇਹਨਾਂ ਨੇ ਜਾਣਕਾਰ ਕਈ ਬੱਚੇ ਕਹਿ ਦਿੰਦੇ ਵੀ ਕਈ ਘੋੜੀਆਂ ਜਿਵੇਂ ਮਤਲਬ ਇਹ ਆਪਣੇ ਪਿਛੋਕੜ ਦੇ ਸੁਣਦੀਆਂ ਸੁਣਦੀਆਂ ਪਰ ਕੱਟ ਕੰਡੀਸ਼ਨ ਮਾਰਵਾੜੀ ਬਹੁਤ ਸਟਰਕਚਰ ਬਹੁਤ ਵਧੀਆ ਹੈ ਸੁਣੀ ਹੈ ਬੱਚੀ ਬਈ ਠੀਕ ਹੈ ਬਾਈ ਵਿਸ਼ਿਆਂ ਦੇ ਵਿੱਚੋਂ 5 ਤੇ ਨੇ ਆਪਦੇ ਵਰਗਾ ਰੰਗ ਦਿੱਤਾ ਇਹ ਲਾ ਲਓ ਵੀ ਪ੍ਰਮਾਤਮਾ ਨੇ ਮੈਨੂੰ ਤੋਹਫਾ ਦਿੱਤਾ ਲਾ ਲਓ ਠੀਕ ਹੈ ਜੀ ਤੁਹਾਨੂੰ ਦੱਸੀ ਸੀ ਅੱਗੇ ਆਫ ਕੈਮਰਾ ਮੈਂ ਗੱਲ ਵੀ ਮੈਂ ਕੋਈ ਸੁੱਖਣਾ ਸੀ ਆਪਾਂ ਪੂਰੀ ਕੀਤੀ ਤੇ ਪ੍ਰਮਾਤਮਾ ਨੇ ਸ਼ਰਮਾ ਦੀ ਕਿਰਪਾ ਕਰਤੀ ਹਾਂਜੀ ਸਹੀ ਗੱਲ ਆ ਬਈ ਹਾਂਜੀ ਚਲੋ ਇੱਕ ਆਪਾਂ ਕਹੇ ਵੀ ਨੁਕਰਾ ਨਾ ਹੁਣ ਆਪਾਂ ਬਰੀਡ ਬਣਾਤੀ ਇੱਕ ਤਰ੍ਹਾਂ ਨਾ ਹੈ ਤਾਂ ਰੰਗ ਸੀਗਾ ਨੁਕਰਾ ਪਹਿਲਾਂ ਹਾਂਜੀ ਰੰਗ ਸੀ ਤੇ ਚਲੋ ਆਪਣੇ ਜਿੰਨੇ ਵੀ ਬਰੀਡਰ ਭਰਾ ਨੇ ਨੁਕਰੇ ਤੇ ਬਹੁਤ ਕੰਮ ਕੀਤਾ ਉਹਨਾਂ ਨੇ ਹਾਂਜੀ ਤੇ ਦੂਜਿਆਂ ਦੇ ਘਰੇ ਨੌਕਰੀਆਂ ਤੇ ਮਾਰਵਾੜੀ ਤੇ ਆਪਦੇ ਘਰੇ ਨੌਕਰੀ ਆ ਗਈ ਬਹੁਤ ਘੋੜੇ ਨੇ ਮਾਰਵਾੜੀ ਬਈ ਨਹੀਂ ਬਹੁਤ ਸੱਜਣ ਕਹਿੰਦੇ ਆ ਵੇਖੋ ਹੁਣ ਮੇਰੇ ਹੀ ਜਿਹੜੇ ਜਾਣਕਾਰ ਬੰਦੇ ਘੋੜੀਆਂ ਵਾਲੇ ਰੱਖਦੇ ਆ ਉਹ ਕਹਿੰਦੇ ਸਾਨੂੰ 20-20 ਸਾਲ ਹੋ ਗਏ ਸਾਡੇ ਘਰੇ ਕਦੇ ਘੋੜੀ ਨੌਕਰਾ ਨਹੀਂ ਸੂਈ ਅਸੀਂ ਸੋਚਦੇ ਵੀ ਸਾਡੇ ਘਰੇ ਨੌਕਰਾ ਸੂਈ ਅੱਛਾ ਬਈ ਵੀ ਤੇਰੀ ਕਿਸਮਤ ਬਹੁਤ ਚੰਗੀ ਆ ਲੋਕਾਂ ਦੀਆਂ ਨੌਕਰੀਆਂ ਤੋਂ ਨੌਕਰਾ ਨਹੀਂ ਸੁਣਦੀਆਂ ਤੇਰੀ ਮਾਰਵਾੜੀ ਮਾਰਵਾੜੀ ਤੋਂ ਨੌਕਰਾ ਮੈਂ ਚਲੋ ਪਰਮਾਤਮਾ ਦੇਣ ਵਾਲਾ ਯਾਰ ਇਹਦਾ ਰੰਗਾਂ ਦਾ ਕੋਈ ਪਤਾ ਨਹੀਂ ਨਾ ਬਿਲਕੁਲ ਪਰ ਦੂਜੀ ਗੱਲ ਇਹ ਵੀ ਲੋਕਾਂ ਵਾਂਗੂ ਆਪਾਂ ਝੂਠ ਸੱਚ ਨਹੀਂ ਮਾਰਨਾ ਠੀਕ ਹੈ ਬਾਈ ਗੱਲ ਜੋ ਘੋੜੇ ਦਾ ਰਿਜ਼ਲਟ ਆਇਆ ਸੋਚ ਸੋ ਇਹੋ ਹੀ ਆਇਆ ਕਿਤੇ ਮਰਜ਼ੀ ਕਨਫਰਮੇਸ਼ਨ ਕਰ ਸਕਦੇ ਆਪਾਂ ਦਿਖਾ ਸਕਦੇ ਬਹੁਤ ਘੱਟ ਬੰਦੇ ਮਿਲਦੇ ਆ ਬਈ ਮੈਂ ਇਸ ਫੀਲਡ 'ਚ ਬਈ ਤੁਰਿਆ ਫਿਰਦਾ ਹਾਂਜੀ ਹਾਂਜੀ ਦੇਖੋ ਕੋਈ ਵੀ ਕਿੱਤਾ ਕੋਈ ਵੀ ਉਹ 'ਚ ਚੰਗੇ ਬੰਦੇ ਵੀ ਆ ਅਤੇ ਮਾੜੇ ਬੰਦੇ ਵੀ ਦੋਨੇ ਤਰ੍ਹਾਂ ਦੇ ਹੁੰਦੇ ਆ ਅਤੇ ਮੈਨੂੰ ਪਹਿਲਾ ਬੰਦਾ ਮਿਲਿਆ ਜਿਹਨੇ ਸਾਰੀ ਸੱਚਾਈ ਦੱਸੀ ਨਹੀਂ ਅਗਲਾ ਕਈ ਵਾਰ ਵੀ ਚਲੋ ਹਰ ਇੱਕ ਕਿਤੇ ਹੁੰਦੀ ਆ ਵੀ ਹਾਂਜੀ ਉਹ ਦੇਖੋ ਉਹਨਾਂ ਦੀ ਜਿਹੜਾ ਕੋਈ ਬੱਚਾ ਡਾਊਨ ਆ ਗਿਆ ਜਾਂ ਮਾੜਾ ਆ ਗਿਆ ਜਾਂ ਕਿਵੇਂ ਵੀ ਉਹਨੂੰ ਅਗਲਾ ਲੁਕੋਲਾਂ ਦਾ ਦੂਜੇ ਨੂੰ ਅੱਗੇ ਸ਼ੋਅ ਕਰ ਦਿੰਦਾ ਬਿਲਕੁਲ ਚੰਗੇ ਨੂੰ ਹੀ ਦਿਖਾਊਗਾ ਵੀ ਇਹ ਚੰਗਾ ਆਇਆ ਆ ਚੰਗਾ ਆਇਆ ਹਾਂ ਪਰ ਮੈਂ ਇੱਕ ਗੱਲ ਕਹਿ ਸਕਦਾ ਜਿਵੇਂ ਨੁਕਰੀ ਬੱਚੇ ਵੀ ਚੰਗੀ ਹੋਆ ਬਈ ਮਾਰਵਾੜੀ ਦੀ ਕੀਮਤ ਦੀ ਆ ਨੁਕਰੀ ਹਨਾ ਉਹ ਬਾਲਾ ਚੰਗਾ ਹੋ ਗਿਆ ਹਾਂ ਨਾ ਬਾਲਾ ਚੰਗਾ ਹੋ ਗਿਆ ਨੁਕਰੀ ਆ ਗਈ ਚਲੋ ਬਾਲਾ ਚੰਗਾ ਹੋ ਗਿਆ ਸਾਨੂੰ ਤੇ ਪਰਮਾਤਮਾ ਨੇ ਗਿਫਟ ਦੇ ਦਿੱਤਾ ਠੀਕ ਹੈ ਬਈ ਠੀਕ ਹੈ ਬਈ ਤੇ ਘੋੜਿਆਂ ਦਾ ਬਈ ਸ਼ੌਕ ਕਿਵੇਂ ਜੇ ਆਪਾਂ ਸ਼ੁਰੂ ਤੋਂ ਗੱਲ ਕਰੀਏ ਇੱਕ ਤਾਂ ਚਲੋ ਇਹ ਤਾਂ ਗੱਲ ਹੋ ਗਈ ਵੀ ਤੁਸੀਂ ਘੋੜਾ ਦੇਖਿਆ ਕਿਤੇ ਵੀ ਚਲੋ ਮਾੜੀ ਹਾਲਤ ਹਾਂਜੀ ਹਾਂਜੀ ਤੁਸੀਂ ਬਹੁਤ ਚੰਗਾ ਸੋਚਿਆ ਘੋੜੇ ਬਾਰੇ ਤੇ ਫਿਰ ਪਰਮਾਤਮਾ ਨੇ ਤੁਹਾਡੇ ਬਾਰੇ ਚੰਗਾ ਸੋਚਿਆ ਹਾਂਜੀ ਹਾਂਜੀ ਤੇ ਕਿਵੇਂ ਮਨ 'ਚ ਸ਼ੌਕ ਕਿਵੇਂ ਸੀ ਬਈ ਆਪਣੇ ਸ਼ੌਕ ਬਿੰਤ ਵੀਰੇ ਐਂ ਲਾ ਲਓ ਵੀ ਬਲੱਡ ਦੇ ਵਿੱਚ ਖਾਨਦਾਨੀ ਕੰਮ ਸਾਡਾ ਸ਼ੁਰੂ ਤੋਂ ਮੇਰੇ ਪੜਦਾਦਾ ਜੀ ਜਿਹੜੇ ਨਿਹੰਗ ਸਿੰਘ ਸੀ ਅੱਛਾ ਬਈ ਮੇਰੇ ਨਾਨਾ ਜੀ ਆ ਉਹ ਘੋੜਿਆਂ ਦਾ ਵਪਾਰ ਕਰਦੇ ਰਹੇ ਆ ਠੀਕ ਹੈ ਬਈ ਇਹ ਪਾਕਿਸਤਾਨ ਦੇ ਵੇਲੇ ਦੀ ਗੱਲ ਹੈ ਇਕੱਠੇ ਵਪਾਰ ਕਰਦੇ ਅੱਛਾ ਜੀ ਮੇਰੀ ਮੰਮੀ ਦੀ ਮੈਰਿਜ ਤੋਂ ਪਹਿਲਾਂ ਦਾ ਅੱਛਾ ਜੀ ਕਿਤੇ ਨਾ ਕਿਤੇ ਮੇਰੀ ਮੰਮੀ ਦਾ ਮੈਰਿਜ ਹੋਣ ਦਾ ਕਾਰਨ ਵੀ ਉਹਨਾਂ ਦਾ ਆਪਸੀ ਘੋੜਿਆਂ ਵਾਲਾ ਪ੍ਰੇਮ ਸੀਗਾ ਅੱਛਾ ਜੀ ਵੀ ਦੋਸਤੀ ਤੋਂ ਰਿਸ਼ਤੇਦਾਰੀ ਚ ਬਣ ਗਈ ਰਿਸ਼ਤੇਦਾਰੀ ਠੀਕ ਹੈ ਤੇ ਉਹ ਨਾਨਕੇ ਵਾਲੇ ਪੱਖ ਚੋਂ ਵੀ ਮੈਨੂੰ ਇਹ ਬਲੱਡ ਚੋਂ ਹੀ ਮਿਲਿਆ ਠੀਕ ਹੈ ਬਾਈ ਤੇ ਦਾਦਕੇ ਵਾਲੇ ਪੱਖ ਚੋਂ ਵੀ ਮਿਲਿਆ ਠੀਕ ਹੈ ਬਾਈ ਜਿਹੜੇ ਸਾਡੇ ਬਾਪੂ ਜੀ ਸੀਗੇ ਉਹਨਾਂ ਨੇ ਲਗਭਗ ਜਿੰਨਾ ਚਿਰ ਉਹ ਜਿਉਂਦੇ ਰਹੇ ਆ ਹਾਂਜੀ ਉਹਨਾਂ ਨੇ ਦਲ ਪੰਥ ਦੀ ਸੇਵਾ ਬਹੁਤ ਕੀਤੀ ਠੀਕ ਹੈ ਬਾਈ ਉਹਨਾਂ ਦੀ ਸੇਵਾ ਸਦਕਾ ਹੀ ਅੱਜ ਸਾਡਾ ਸਾਰਾ ਪਰਿਵਾਰ ਜਿਹੜਾ ਹੈ ਠੀਕ ਹੈ ਬਾਈ ਬਹੁਤ ਸੈੱਟ ਹੈ ਆਪਾਂ ਆਪਣੇ ਘਰ ਦੇ ਵਿੱਚ ਪਰਮਾਤਮਾ ਨੇ ਰਿਜ਼ਕ ਵੱਲੋਂ ਕੋਈ ਕਮੀ ਨਹੀਂ ਰੱਖੀ ਜੀ ਇੱਜ਼ਤ ਵੱਲੋਂ ਕੋਈ ਕਮੀ ਨਹੀਂ ਰੱਖੀ ਠੀਕ ਹੈ ਬਾਈ ਉਹ ਘੋੜਿਆਂ ਦੀ ਮੇਰਾ ਮੰਨਣਾ ਵੀ ਸ਼ਾਇਦ ਉਹ ਘੋੜਿਆਂ ਦੀ ਸੇਵਾ ਹੀ ਹੈ ਜਿਹੜੀ ਸਾਨੂੰ ਤਾਂ ਬਿਲਕੁਲ ਬਿਲਕੁਲ ਬਾਈ ਆਪਾਂ ਅੱਜ ਬੈਠੇ ਆਪਾਂ ਘੋੜਿਆਂ ਕਰਕੇ ਬੈਠੇ ਹਾਂ ਹਾਂਜੀ ਹਾਂਜੀ ਉਹਨਾਂ ਤੋਂ ਬਾਅਦ ਜੇ ਮੈਂ ਕਿਸੇ ਨੂੰ ਦੇਖਿਆ ਤੇ ਮੇਰੇ ਤਾਇਆ ਜੀ ਉਹਨਾਂ ਨੇ ਘੋੜੀ ਰੱਖੀ ਹੁੰਦੀ ਸੀ ਜਦੋਂ ਮੈਂ ਛੋਟਾ ਸੀ ਅੱਛਾ ਬਾਈ ਅਰਜਨ ਸਿੰਘ ਸਰਦਾਰ ਅਰਜਨ ਸਿੰਘ ਹੁਣ ਇਸ ਦੁਨੀਆ 'ਚ ਨਹੀਂ ਰਹੇ ਉਹਨਾਂ ਦੇ ਬੇਟਾ ਜੀ ਨੂੰ ਬਹੁਤ ਸ਼ੌਂਕ ਸੀ ਅਜੇ ਪਾਲ ਸਿੰਘ ਅੱਛਾ ਵੀਰੇ ਉਹ ਵੀਰ ਹੁਣ ਕੈਨੇਡਾ ਦੇ ਵਿੱਚ ਸੈੱਟ ਆ ਉਹ ਭਰਾ ਨੇ ਘੋੜੀ ਰੱਖੀ ਸੀ ਉਹ ਜਲ ਦੇਖ ਕੇ ਤੁਹਾਨੂੰ ਪਤਾ ਫਿਰ ਸ਼ੌਂਕ ਤਾਂ ਸ਼ੁਰੂ ਤੋਂ ਲਗਾਓ ਤਾਂ ਸ਼ੁਰੂ ਤੋਂ ਜਦੋਂ ਸਾਡੇ ਨਿਹੰਗ ਸਿੰਘ ਆਉਂਦੇ ਸੀ ਲਗਭਗ 70-80 ਘੋੜੇ ਸਾਡੀਆਂ ਗਲੀਆਂ ਦੇ ਵਿੱਚ ਵੱਜੇ ਹੁੰਦੇ ਸੀਗੇ ਅੱਛਾ ਬਾਈ ਬਸ ਉੱਥੇ ਰਹਿਣਾ ਸਾਰਾ ਦਿਨ ਘੋੜੇ ਦੇਖੀ ਜਾਣੇ ਠੀਕ ਹੈ ਬਾਈ ਹਾਂਜੀ ਸ਼ੌਂਕ ਸ਼ੁਰੂ ਤੋਂ ਹੀ ਬਿਲਕੁਲ ਬਸ ਉਹ ਹੀ ਬਲੱਡ ਦੇ ਵਿੱਚ ਇੱਕ ਤੁਸੀਂ ਘੋੜੇ ਦਾ ਨਾਮ ਵੀ ਲੈਂਦੇ ਸੀ ਪਤਾ ਨਹੀਂ ਕਿਹੜਾ ਵੀ ਤੁਹਾਡੇ ਹਾਂਜੀ ਹਾਂਜੀ ਉਹ ਸਾਡੇ ਪੜਦਾਦਾ ਜੀ ਨੇ ਮਤਲਬ ਅਰਦਾਸੇ ਕਰਾਇਆ ਸੀਗਾ ਘੋੜਾ ਅੱਛਾ ਜੀ ਦਲਪਨ ਦੇ ਵਿੱਚ
ਹਾਂਜੀ ਉਹਦਾ ਨਾਮ ਸੀ ਕੰਗਣ ਘੋੜਾ ਕਾਫੀ ਮਸ਼ਹੂਰ ਰਿਹਾ ਜਿਹੜੇ ਪੁਰਾਣੇ ਨਿਹੰਗ ਸਿੰਘ ਨੇ ਅੱਛਾ ਜੀ ਉਹ ਅਕਸਰ ਹੀ ਜਦੋਂ ਕਿਤੇ ਗੱਲ ਚੱਲਦੀ ਹੈ ਤਾਂ ਉਹ ਸਾਡੇ ਪੜਦਾਦਾ ਜੀ ਨੂੰ ਅਤੇ ਉਸ ਘੋੜੇ ਬਾਰੇ ਜ਼ਿਕਰ ਜ਼ਰੂਰ ਕਰਦੇ ਬਿਲਕੁਲ ਹੁਣ ਵੀ ਦਲ ਪੰਥ ਆਇਆ ਸੀ ਤਾਂ ਉਹਨਾਂ ਨੇ ਚੇਚੇ ਤੌਰ 'ਤੇ ਆਪਣਾ ਘੋੜਾ ਬੁਲਾ ਕੇ ਕਹਿੰਦੇ ਵੀ ਸਿੰਘਾਂ ਲਿਆ ਵਿਖਾ ਸਨ ਅੱਛਾ ਜੀ ਬਾਬਾ ਮਾਨ ਸਿੰਘ ਜੀ ਆਏ ਸੀ ਅੱਛਾ ਜੀ ਦੇਖ ਕੇ ਆਉਂਦੇ ਵੀ ਮੈਂ ਐਡਾ ਸੀ ਜਦੋਂ ਤੇਰੇ ਪੜਦਾਦੇ ਨੇ ਦਲ ਦੇ ਵਿੱਚ ਘੋੜਾ ਦਿੱਤਾ ਸੀ ਮੈਨੂੰ ਪੂਰੀ ਸੁਰਤ ਆ ਅੱਛਾ ਜੀ ਬਹੁਤ ਸਲੋਧ ਕੀਤੀ ਉਹਨਾਂ ਨੇ ਆਪਣੇ ਘੋੜੇ ਦੀ ਠੀਕ ਹੈ ਜੀ ਚਲੋ ਕਰਮਾਂ ਵਾਲੇ ਆ ਨਹੀਂ ਬਿਲਕੁਲ ਇੱਜ਼ਤ ਬਖਸ਼ੀ ਪਰਮਾਤਮਾ ਨੇ ਘੋੜੇ ਕਰਕੇ ਬਹੁਤ ਜ਼ਰੂਰੀ ਨਹੀਂ ਹੈ ਵੀ ਆਪਾਂ ਘੋੜੇ ਦੀ ਕਵਰਿੰਗ ਫੀਸ ਤੋਂ ਹੀ ਪੈਸਾ ਕਮਾਉਣਾ ਜਾਂ ਚੰਗੇ ਬੱਚੇ ਲੈ ਕੇ ਸੇਲ ਕਰਕੇ ਪੈਸਾ ਕਮਾਉਣਾ ਮੈਂ ਆਪਣੀ ਦੱਸਦਾ ਵੀ ਜਦੋਂ ਦਾ ਮੇਰੇ ਘਰੇ ਘੋੜੇ ਨੇ ਪੈਰ ਪਾਇਆ ਹੈ ਪਰਮਾਤਮਾ ਨੇ ਕਿਸੇ ਤੋੜ ਪਹਿਲਾਂ ਵੀ ਨਹੀਂ ਸੀ ਪਰ ਵਾਧਾ ਹੀ ਕੀਤਾ ਬਿਲਕੁਲ ਇਹ ਪਤਾ ਨਹੀਂ ਬਹਾਨੇ ਨਾਲ ਕਿੱਧਰੋਂ ਬਈ ਸਬੱਬ ਬਣੀ ਜਾਂਦਾ ਪੈਸੇ ਫਸਲ ਜੋ ਲਾ ਲਓ ਤੁਸੀਂ ਦੁਕਾਨਦਾਰੀ ਜੋ ਲਾ ਲਓ ਕਿਸੇ ਨਾ ਕਿਸੇ ਬੰਨੋਂ ਬੰਦੇ ਨੂੰ ਆਮਦਨ ਦਾ ਸਾਧਨ ਬਣ ਬਿਲਕੁਲ ਬਿਲਕੁਲ ਇਹ ਆਪਣਾ ਹੱਕ ਨਹੀਂ ਰੱਖਦੇ ਬਿਲਕੁਲ ਬਈ ਸਹੀ ਗੱਲ ਹੈ ਜਿਹੜਾ ਇਹਨਾਂ ਦੀ ਨੇਚਾ ਨਾਲ ਸੇਵਾ ਕਰਦਾ ਹਾਂ ਜਿਹੜਾ ਪਹਿਲੀ ਕਿਤੇ ਇਹ ਸੋਚ ਲਈ ਵੀ ਮੈਂ ਪੈਸਾ ਕਮਾਉਣਾ ਹੈ ਤੋਂ ਫਿਰ ਉਹ ਤੁਹਾਨੂੰ ਪਤਾ ਹੀ ਆ ਬਈ ਚਲੋ ਪੈਸਾ ਵੀ ਦੇਖੋ ਕਿੱਤਾ ਕਿਤੇ ਨਾ ਕਿਤੇ ਸ਼ੌਂਕ ਹੀ ਕਿੱਤਾ ਬਣ ਜਾਂਦਾ ਬੰਦੇ ਦਾ ਪਰ ਜਿਹੜਾ ਤੁਹਾਡਾ ਇਹਦੇ ਨਾਲ ਪਿਆਰ ਆ ਹਾਂ ਉਹ ਝਲਕਣਾ ਚਾਹੀਦਾ ਬਈ ਕਿੱਤਾ ਵੀ ਤਾਂ ਬਣੂ ਜੇ ਪਹਿਲਾਂ ਪਿਆਰ ਹੋਊਗਾ ਹਾਂਜੀ ਮੈਂ ਪਹਿਲਾਂ ਵੀ ਜਿੰਨੀਆਂ ਵੀਡੀਓਆਂ ਕਰੀਆਂ ਨੇ ਜਿਹੜੇ ਬੰਦੇ ਤਕਰੀਬਨ ਇਹ ਕੰਮ 'ਚ ਕਾਮਯਾਬ ਹੋਏ ਨੇ ਹਾਂਜੀ ਹਾਂਜੀ ਪਹਿਲਾਂ ਉਹਨਾਂ ਨੂੰ ਸ਼ੌਂਕ ਰਿਹਾ ਬਈ ਬਿਲਕੁਲ ਸ਼ੌਂਕ ਤੋਂ ਬਿਨਾਂ ਤੁਸੀਂ ਕੰਮ ਨਹੀਂ ਕਰ ਸਕਦੇ ਬਿਲਕੁਲ ਬਿਲਕੁਲ ਇਹ 'ਚ ਬਈ ਦੇਖ ਚੰਗੇ ਬੰਦੇ ਬਹੁਤ ਨੇ ਜੇ ਕਿਸੇ ਦਾ ਜਾਨਵਰ ਕੋਈ ਘਾਟੇ 'ਚ ਆ ਜਾਂ ਹੋਰ ਇਹੋ ਜਿਹੇ ਬੰਦੇ ਬੈਠੇ ਉਹਨਾਂ ਦੇ ਘਰੇ ਘੋੜੀ ਬੰਨੇ ਹੁੰਦੇ ਆ ਅਤੇ ਕਈ ਬੰਦੇ ਇਹੋ ਜਿਹੇ ਵੀ ਬੈਠੇ ਵੀ ਕਿੱਲੇ ਵੀ ਵਿਕਾ ਦਿੰਦੇ ਉਹਨਾਂ ਦੇ ਘੋੜਿਆਂ ਵਿੱਚ ਹਾਂਜੀ ਇਹ ਤਾਂ ਹੈ ਹੀ ਹਾਂ ਸਾਰੇ ਤਰ੍ਹਾਂ ਦੇ ਬੰਦੇ ਆ ਬਈ ਬਾਕੀ ਘੋੜੇ ਵਾਲਾ ਬੰਦਾ ਜਿਹੜਾ ਨਾ ਖਾਸ ਕਰਕੇ ਮੇਰੇ ਹਿਸਾਬ ਨਾਲ ਜਿਹੜਾ ਪੁਰਾਣਾ ਜਿਹੜਾ ਕੋਈ ਬੰਦਾ ਘੋੜਾ ਘੋੜੀ ਜਾਂ ਕੋਈ ਰੱਖਦਾ ਆ ਹਾਂਜੀ ਉਹ ਹਾਰਟ ਤੋਂ ਬਹੁਤ ਸਟਰੋਂਗ ਹੋ ਜਾਂਦਾ ਹਾਂ ਇਹ ਵੀ ਗੱਲ ਸਹੀ ਆ ਬਈ ਜਦੋਂ ਬੰਦਾ ਹਾਰਟ ਤੋਂ ਸਟਰੋਂਗ ਹੋ ਜਾਂਦਾ ਨਾ ਉਹ ਫਿਰ ਹੇਟਰਾਂ ਦਾ ਵੀ ਵੈਲਕਮ ਕਰਨ ਲੱਗ ਜਾਂਦਾ ਸਹੀ ਗੱਲ ਜਿਹੜਾ ਬੰਦਾ ਸਮਝ ਲਓ ਤੁਸੀਂ ਆਪਣੇ ਹੇਟਰ ਦਾ ਵੈਲਕਮ ਕਰਦਾ ਨਾ ਉਹ ਜ਼ਿੰਦਗੀ 'ਚ ਕਦੇ ਫੇਲ ਨਹੀਂ ਹੋਊਗਾ ਬਿਲਕੁਲ ਬਿਲਕੁਲ ਬਈ ਉਹਦੇ 'ਚ ਈਰਖਾ ਖਤਮ ਹੋ ਜਾਊਗੀ ਬਿਲਕੁਲ ਬਈ ਜਦੋਂ ਈਰਖਾ ਖਤਮ ਹੋ ਗਈ ਤੁਸੀਂ ਕਾਮਯਾਬੀ ਕਾਮਯਾਬੀ ਕਿਸੇ ਕਿਤੇ 'ਚ ਮਰਜ਼ੀ ਚਲੇ ਹਾਂਜੀ ਘੋੜਾ ਬਹੁਤ ਕੁਝ ਸਿਖਾ ਜਾਂਦਾ ਬਈ ਆਪਣਾ ਬਹੁਤ ਵੱਡਾ ਗੁਰੂ ਕਹਿ ਸਕਦਾ ਮੈਂ ਘਰੇ ਬੰਨਿਆ ਬਿਲਕੁਲ ਆਪਣੇ ਗੁਰੂ ਸਾਹਿਬ ਦੀ ਬਖਸ਼ੀ ਹੋਈ ਦਾਤ ਆਪਾਂ ਨੂੰ ਹੈ ਨਾ ਹਾਂਜੀ ਹਾਂਜੀ ਬਿਲਕੁਲ ਜਿਵੇਂ ਬਈ ਮਹਾਰਾਜ ਨੇ ਬਹੁਤ ਸੋਹਣੀ ਦਾਤ ਦਿੱਤੀ ਆ ਘੋੜੀ ਦੀ ਹੈ ਨਾ ਚਲੋ ਫੀਸ ਨਾਲ ਕੋਈ ਬੰਦਾ ਰੱਜਦਾ ਤਾਂ ਨਹੀਂ ਹੁੰਦਾ ਜੇ ਆਪਾਂ ਗੱਲ ਕਰੀਏ ਹਾਂਜੀ ਤੇ ਆਪਾਂ ਗੱਲ ਕਰਨੀ ਬਣਦੀ ਆ ਕਿਉਂਕਿ ਬਈ ਸਾਡਾ ਕੰਮ ਵੀ ਆ ਹੈ ਨਾ ਕਈ ਹੁਣ ਨਹੀਂ ਫਿਰ ਕਮੈਂਟ ਆਈ ਜਾਣਗੇ ਬਈ ਫੀਸ ਕਿੰਨੀ ਆ ਆਪਾਂ ਨੇ ਘੋੜੇ ਦੀ ਫੀਸ ਕਿੰਨੀ ਰੱਖੀ ਆ ਆਪਣੀ ਜੀ ਦੇਖੋ ਫੀਸ ਆਪਾਂ ਕਹਿਣ ਨੂੰ ਮੈਂ ਅੱਗੇ ਵੀ ਚਲੋ ਇੱਕ ਦੋ ਗੱਲਾਂ ਆਪਣੇ ਮਤਲਬ ਫੋਨ 'ਤੇ ਵੀ ਹੋਈਆਂ ਵਾ ਇੱਕ ਵਾਰੀ ਮੈਂ ਤਲਵੰਡੀ ਸਾਹਿਬ ਘੋੜਾ ਲੈ ਕੇ ਗਿਆ ਸੀਗਾ ਠੀਕ ਹੈ ਪਿਛਲੇ ਤੋਂ ਪਿਛਲੇ ਸਾਲ ਮਤਲਬ ਹੁਣ ਮੰਡੀ ਲੱਗੀ ਉਹ ਤੋਂ ਪਿਛਲੇ ਸਾਲ ਠੀਕ ਹੈ ਬਈ ਉੱਥੇ ਵੀ ਤੁਹਾਡੇ ਗੱਲ ਜਾਇਜ਼ ਆ ਬਿਲਕੁਲ ਬੰਦੇ ਫੀਸ ਦਾ ਪੁੱਛ ਲੈਂਦੇ ਆ ਹਾਂਜੀ ਆਪਾਂ 21,000 ਰੁਪਇਆ ਫੀਸ ਕਹਿ ਦੇ ਦੀ ਮਤਲਬ 21,000 ਰੁਪਇਆ ਰੱਖੀ ਲਾ ਲਓ ਜਾਂ ਕਹਿ ਦੀ ਲਾ ਲਓ ਠੀਕ ਹੈ ਪਰ ਇਹ ਵੀ ਰਿਐਲਿਟੀ ਆ ਅੱਜ ਤੱਕ ਮੈਂ ਬੰਦਿਆਂ ਕੋਲ ਫੀਸ ਮੰਗੀ ਨਹੀਂ ਠੀਕ ਹੈ ਮੈਂ ਅਗਲੇ ਨੂੰ ਕਹਿ ਦਿੰਦਾ ਵੀ ਆਪਣੀ ਜੇਬ ਦੇਖ ਠੀਕ ਹੈ ਬਈ ਮੈਨੂੰ ਪਰਮਾਤਮਾ ਨੇ ਬਹੁਤ ਕੁਛ ਦਿੱਤਾ ਹੈ ਬਿਲਕੁਲ ਬਈ ਘੋੜਾ ਦੇਖ ਲਓ ਘੋੜੇ ਦਾ ਰਿਜ਼ਲਟ ਦੇਖ ਲਓ ਠੀਕ ਹੈ ਜਿੰਨੀ ਤੁਹਾਡੀ ਪਹੁੰਚ ਪੈਂਦੀ ਤੁਸੀਂ ਫੀਸ ਦੇ ਦਿਓ ਵੀ ਜੋ ਮੁੱਠੀ ਬੰਦ ਕਰਕੇ ਦੇਗਾ ਬਿਲਕੁਲ ਜੀ ਨਹੀਂ ਕੋਈ ਦੇ ਸਕਦਾ ਕੋਈ ਐਬਲ ਜਮਾ ਕੋਈ ਐਫਰਟ ਨਹੀਂ ਕਰਦਾ ਘੋੜੇ ਨੂੰ ਥਾਪੀ ਦੇ ਜੇ ਠੀਕ ਹੈ ਆਪਾਂ ਉਹਦੇ 'ਤੇ ਵੀ ਖੁਸ਼ ਹੈ ਹਾਂਜੀ ਲਓ ਵੀ ਮਿੱਤਰੋ ਦੇਖ ਲਓ ਬਾਈ ਕਹਿੰਦਾ ਥਾਪੀ ਦੇ ਜੇ ਉਹ ਵੀ ਬਹੁਤ ਆ ਬਾਕੀ ਫਤਿਹਾਬਾਦ ਦਾ ਜਿਹੜੀ ਆ ਗਿਆ ਮੂਨਕ ਹੋ ਗਿਆ ਇੱਕ ਸਾਈਡ ਬੁਲਾਡਾ ਮਾਨਸਾ ਲੱਗ ਗਿਆ ਆਪਾਂ ਨੂੰ ਨੇੜੇ ਸ਼ਹਿਰ ਲੱਗਦਾ ਜੀ ਰਤੀਆ ਰਤੀਆ ਹਾਂਜੀ ਪੰਜਾਬ ਦੇ ਬਾਰਡਰ 'ਤੇ ਬੈਠੇ ਆਪਾਂ ਬਿਲਕੁਲ ਬਿਲਕੁਲ ਬਈ ਹਾਂਜੀ ਲਓ ਵੀ ਮਾਰਵਾੜੀ ਘੋੜੀਆਂ ਵਾਲੇ ਭਾਵੇਂ ਨੌਕਰੀ ਵਾਲੇ ਵੀ ਨੋਟ ਕਰ ਲਿਓ ਪਹਿਲਾਂ ਬਹੁਤ ਸੋਹਣੀ ਮਾਰਵਾੜੀ ਬੱਚੀ ਵੀ ਦਿੱਤੀ ਆ ਘੋੜੇ ਨੇ ਅਤੇ ਬਾਈ ਕਹਿੰਦਾ ਫੀਸ ਵਾਲਾ ਕੋਈ ਚੱਕਰ ਨਹੀਂ ਪਰ ਇੱਕ ਜਿਵੇਂ ਕਹਿ ਦਿੰਦੇ ਵੀ ਟ੍ਰੈਂਡ ਆ ਜਾਂ ਹੋਰ ਆ ਵੀ 21,000 ਕਹਿਣ ਨੂੰ ਭਾਈ ਸਾਡੀ ਫੀਸ ਆ ਬਾਕੀ ਕੋਈ ਮਜਬੂਰੀ ਆ ਕਿਸੇ ਬੰਦੇ ਨੂੰ ਭਾਵੇਂ ਥਾਪੀ ਦੇ ਜੇ ਘੋੜੇ ਨੂੰ ਬਾਈ ਕਹਿੰਦਾ ਕੋਈ ਚੱਕਰ ਵਾਲੀ ਗੱਲ ਨਹੀਂ ਦਾ ਵੀ ਬੇਨਤ ਘੱਟ ਰੱਖਣ ਦਾ ਜਾਂ ਐਵੇਂ ਦੀ ਗੱਲ ਕਰਨ ਦਾ ਮੇਰਾ ਇੱਕ ਕਾਰਨ ਆ ਚਲੋ ਮੈਂ ਤੁਹਾਡੇ ਚੈਨਲ ਨਾਲ ਹੀ ਕਹਿਣਾ ਚਾਹੂੰਗਾ ਕਈ ਘੋੜਿਆਂ ਵਾਲੇ ਇਸ ਗੱਲ ਤੋਂ ਨਾਰਾਜ਼ ਹੋ ਜਾਂਦੇ ਬੰਦੇ ਕਿ ਹਾਂ ਵੀ ਫੀਸ ਮਤਲਬ ਵੀ ਸਾਡਾ ਦੇਖੋ ਜਿਹੜੇ ਬੰਦਿਆਂ ਨੇ ਚੰਗੇ ਰੁਪਈਏ ਲਾ ਕੇ ਚੰਗੀ ਬਲੱਡ ਲਾਈਨ 'ਤੇ ਮਿਹਨਤ ਕਰਕੇ ਘੋੜੇ ਤਿਆਰ ਕੀਤੇ ਆ ਉਹਨਾਂ ਦਾ ਫੀਸ ਲੈਣ ਦਾ ਬਹੁਤ ਹੱਕ ਬਣਦਾ ਬਿਲਕੁਲ ਬਾਈ ਸਹੀ ਗੱਲ ਆ ਮੇਰਾ ਇਹ ਕਾਰਨ ਚਲੋ ਇਹੀ ਆ ਵੀ ਤੁਹਾਨੂੰ ਸਾਰਾ ਮੈਂ ਅੱਗੇ ਵੀਡੀਓ 'ਚ ਦੱਸ ਹੀ ਦਿੱਤਾ ਆਪਾਂ ਵੀ ਘੋੜਾ ਮੈਨੂੰ ਪਰਮਾਤਮਾ ਨੇ ਇੱਕ ਗਿਫਟ ਦਿੱਤਾ ਬਾਈ ਬਿਲਕੁਲ ਮੈਂ ਇਹਦੇ 'ਚੋਂ ਕਮਾਈ ਦੇ ਬਾਰੇ ਮੈਂ ਸੋਚ ਨਹੀਂ ਸਕਦਾ ਠੀਕ ਹੈ ਬਾਈ ਹਾਂ ਜਿੰਨੀ ਕਿਸੇ ਦੀ ਪਹੁੰਚ ਪੈਂਦੀ ਹੈ ਠੀਕ ਹੈ ਅਤੇ ਜੇ ਆਪਾਂ ਨਾ ਨਹੀਂ ਕਰਦੇ ਬਿਲਕੁਲ ਬਾਈ ਪਰ ਲੋਕਾਂ ਦਾ ਜਿਹੜਾ ਵੀ ਉਹ ਫੀਸ ਵਾਲਾ ਸੈੱਟ ਹੈ ਵੀ ਇਹ ਨਹੀਂ ਵੀ ਹਾਂ ਵੀ ਉਹ ਬਾਈ ਫਲਾਣਾ ਵੀ ਫ੍ਰੀ ਛੱਡ ਦੂਗਾ ਜਾਂ ਕਰ ਦੂਗਾ ਪਰ ਦੇਖੋ ਜਿਹਦੇ ਬੰਦੇ ਨੇ ਘੋੜਾ ਰੱਖਿਆ ਫੀਸ ਦੇਣੀ ਚਾਹੀਦੀ ਮੈਂ ਸਾਰਿਆਂ ਨੂੰ ਕਹਿਣਾ ਚਾਹੂੰਗਾ ਵੀ ਬਾਈ ਫੀਸ ਦੇਣੀ ਚਾਹੀਦੀ ਇਹ ਬਿਲਕੁਲ ਤੇਰੀ ਸਹੀ ਗੱਲ ਆ ਬਾਈ ਕਈ ਵਾਰ ਫੋਨ ਕਰਕੇ ਬਿਲਕੁਲ ਇਹ ਗੱਲ ਬਾਈ ਦੀ ਸਹੀ ਹੈ ਕਈ ਵਾਰ ਅਗਲਾ ਫੋਨ ਕਰਕੇ ਦੂਜੇ ਨੂੰ ਕਹਿਣ ਲੱਗ ਜਾਂਦਾ ਕਿਉਂਕਿ ਲੋਕਾਂ ਦੀ ਹਰਪਾਲ ਤਾਂ
फिर भी बई कोई जरूरतमंद बई कहिंदा दरवाजे हमेशा वास्ते खुले ने। घोड़ा तुहानूं मैं दिखाता, घोड़ा बहुत सोहना पंच कल्याण घोड़ा, तकरीबन मार्केट च बहुत घट घोड़े देखण नूं मिलदे हुंदे आ पंच कल्याण। तो इहदी ब्लड लाइन बारे बई ने दसता भी जिवें मैनूं पता लग्गिया, बाकी असल गल बई कहिंदा फाइनल डीएनए तों बाद हुंदी हुंदियां। हां जी, उहदा वी कारण है वी घोड़ियां आपणे एरिया च बहुत घट आ। चलो जे किसे दी वीर दी डिमांड होऊ जां घोड़ियां ज्यादा पैणगियां, डीएनए करवाउणा वी पऊदा, आपां करवा देंगे। ठीक है बई। लो मित्रों, घोड़ा दिखाता सुल्तान किवें लग्या, तो बई नाल गलबात किवें लगी, बहुत मतलब टू द पॉइंट बई ने गल्लां बातां कीतियां ने, कोई ये नहीं है भी कोई गल दी लको रख ली। तो मैनू भी बहुत चंगा लग्या बई नूं मिलके, तो बई जी बहुत बहुत धन्यवाद। ठीक है बई, ठीक है।